ਪਾਤੜਾਂ ਦੀ ਅਰੋੜਾ ਕਲੋਨੀ ਦੇ ਵਿੱਚ ਅਸੀਂ ਉਸ ਘਰ ਦੇ ਵਿੱਚ ਖੜ੍ਹੇ ਜਿੱਥੇ ਵਾਰਦਾਤ ਹੋਈ ਹੈ। ਵਾਰਦਾਤ ਦੇ ਵਿੱਚ ਜਿਹੜੇ ਘਰ ਦੇ ਵਿੱਚ ਪਤੀ ਪਤਨੀ ਰਹਿ ਰਹੇ ਸੀ ਉਹਨਾਂ ਨੇ ਹਮਲਾ ਕਰਕੇ ਗੰਭੀਰ ਜ਼ਖਮੀ ਕੀਤਾ ਹੈ। ਜਿਹੜੇ ਪੜੋਸ ਵਾਲੇ ਉਹਨਾਂ ਨੂੰ ਵੀ ਜ਼ਖਮੀ ਕੀਤਾ ਹੈ। ਜ਼ਿੰਦਗੀ ਨੂੰ ਵੀ ਖਤਰਾ, ਉਹ ਤਾਂ ਆਪਣੇ ਵੱਲੋਂ ਇਹਨਾਂ ਨੂੰ ਜਾਨ ਤੋਂ ਮਾਰਨ ਕਈ ਗਏ ਸੀ। ਜਿਹੜਾ ਗੁਆਂਢੀ ਸਾ ਉਹਨੇ ਵੀ ਕਿਸੇ ਤਰ੍ਹਾਂ ਆਪਣੇ ਸਾਹ ਰੋਕ ਕੇ ਪੈ ਰਿਹਾ ਔਰ ਉਹਨਾਂ ਨੂੰ ਸ਼ੱਕ ਹੋ ਗਿਆ ਵੀ ਪੂਰਾ ਹੀ ਹੋ ਗਿਆ, ਇਸ ਕਰਕੇ ਇਸ ਨੂੰ ਨਹੀਂ ਮਾਰ ਸਕੇ। ਲੇਕਿਨ ਉਹਨਾਂ ਨੇ ਪੂਰੀ ਇਸ ਘਟਨਾ ਨੂੰ ਪੂਰੇ ਬੇਖੌਫ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਔਰ ਇਸ ਮਾਮਲੇ ਦੇ ਵਿੱਚ ਇਹਨਾਂ ਦਾ ਪਰਿਵਾਰ ਜਿਹੜਾ ਹੈ ਬਿਕਰਮਜੀਤ ਸਿੰਘ ਦਾ, ਇਹ ਪਰਿਵਾਰ ਸਾਰਾ ਅਮਰੀਕਾ ਕੈਨੇਡਾ ਦੇ ਵਿੱਚ ਪਰਿਵਾਰ ਰਹਿ ਰਹੇ, ਇੱਥੇ ਪਤੀ ਪਤਨੀ ਦੋਨੋਂ ਰਹਿ ਰਹੇ ਹੈ। ਹੁਣ ਘਰਾਂ ਦੇ ਵਿੱਚ ਤੁਸੀਂ ਨੌਕਰ ਰੱਖਦੇ ਹੋ ਤਾਂ ਉਹਦੀ ਪੂਰੀ ਤਹਿਕੀਕਾਤ, ਉਸਦੀ ਪੂਰੀ ਵੈਰੀਫਿਕੇਸ਼ਨ ਕੇ ਬਾਅਦ ਰੱਖੋ। ਅਸੀਂ ਵੀ ਅਪੀਲ ਕਰਦੇ ਹਾਂ ਤਾਂ ਕਿ ਇਸ ਤਰ੍ਹਾਂ ਦੀ ਵਾਰਦਾਤ ਹੋਰ ਨਾ ਹੋ ਸਕੇ। ਪੁਲਿਸ ਵੀ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਸਮਾਂ ਦੱਸੇਗਾ ਪੁਲਿਸ ਕਦ ਕਥਿਤ ਆਰੋਪੀ ਨੂੰ ਕਦੋਂ ਕਿੰਨੇ ਸਮੇਂ ਦੇ ਗ੍ਰਿਫਤਾਰ ਕਰਦੀ ਹੈ। ਗੱਲਬਾਤ ਕਰਦੇ ਉਹਨਾਂ ਨਾਲ, ਇਹ ਕਿਸ ਤਰ੍ਹਾਂ ਘਟਨਾ ਵਾਪਰੀ, ਕਿੰਨੇ ਵਜੇ ਵਾਰਦਾਤ ਹੈ? ਮੇਰਾ ਨਾਮ ਸੁਖਪਾਲ ਸਿੰਘ, ਸੁੱਖੀ ਲਾਈਟ ਦਾ ਦੁਕਾਨ ਹੈ ਜੀ ਮੇਰੀ ਜੀ। ਅਤੇ ਮੈਂ ਜਦ ਰਾਤ ਨੂੰ ਉੱਠਿਆ ਜੀ, ਮੇਰਾ ਕੁੱਤਾ ਭੌਂਕ ਰਿਹਾ ਸੀ ਜੀ ਬਹੁਤ ਜ਼ੋਰ ਜ਼ੋਰ ਦੀ। ਮੈਂ ਕੁਦਰਤੀਓਂ ਗੇਟ ਖੋਲ੍ਹ ਕੇ ਜਦ ਦੇਖਣ ਲੱਗਿਆ, ਇੱਕ ਚੋਰ ਜਿਹੜਾ ਉੱਥੋਂ ਦੀ ਹਾਕੀ ਵਾਲਾ ਉਹ ਉੱਤਰ ਰਿਹਾ ਸੀ ਜੀ। ਮੈਂ ਉਹਨੂੰ, ਮੇਰੇ ਹੱਥ ਜਿੰਦਾ ਆ ਗਿਆ, ਜਿੰਦਾ ਮੈਂ ਉਹਦੇ ਮਾਰਿਆ ਅਤੇ ਜੱਫਾ ਪਾ ਲਿਆ ਜੀ ਮੈਂ। ਉਹ ਤਿੰਨ ਚਾਰ ਫੇਰ ਆ ਗਏ ਜੀ ਨਾਲ, ਉਹਨਾਂ ਕੋਲ ਚੈਨ ਦੇ ਬਣਾਏ ਹੋਏ ਉਹ, ਅਤੇ ਇੱਕ ਕੋਲ ਬੰਦੂਕ ਸੀ ਜੀ। ਅਤੇ ਮੈਨੂੰ ਇੱਧਰ ਲੈ ਗਏ ਜੀ, ਉੱਥੇ ਮੇਰੇ ਨਾਲ ਪੂਰਾ ਸਾਥੀਆਂ ਨਾਲ, ਅਤੇ ਉਹਨਾਂ ਨਾਲ ਕੁੱਟਿਆ, ਜ਼ਖਮ ਦਿਖਾਏ ਸੀ ਸਾਨੂੰ ਜੀ। ਅਤੇ ਉਦੋਂ ਬਾਅਦ ਜੀ ਉਹ ਕਹਿੰਦੇ ਵੀ ਮਰ ਗਿਆ, ਉਹ ਦੂਜਾ ਕਹਿੰਦਾ ਵੀ ਮਰ ਗਿਆ, ਕਹਿੰਦਾ ਹਾਂਜੀ ਮਰ ਗਿਆ, ਜੇ ਨਹੀਂ ਮਰਿਆ ਕਹਿੰਦਾ ਗੋਲੀ ਮਾਰ ਦਿਓ। ਅਤੇ ਮੈਂ ਤਾਂ ਫੁੜਕ ਗਿਆ ਉੱਥੇ ਜਾਣ ਕੇ, ਆਪਦਾ ਉਹ ਕਰਿਆ ਡਰਾਮਾ ਕਰਕੇ ਮੈਂ ਬਚ ਗਿਆ ਜੀ। ਉਦੋਂ ਬਾਅਦ ਮੈਂ ਆਇਆ, ਸਰਦਾਰ ਜੀ ਉੱਥੋਂ ਦੇਖਣ ਲੱਗ ਰਹੇ ਸੀ, ਗੱਲਬੀ ਦੀ ਉਹ ਸਰਦਾਰ ਜੀ, ਉਹਨਾਂ ਦੀ ਕੋਠੀ ਹੈ ਨਾਲ ਲੱਗ ਗਈ। ਅਤੇ ਉਦੋਂ ਬਾਅਦ ਫਿਰ ਅਸੀਂ ਨੇ ਦੇਖਿਆ, ਮੈਂ ਉਹਨਾਂ ਨੂੰ ਕਿਹਾ ਸਰਦਾਰ ਜੀ ਨੂੰ, ਮੈਂ ਸਰਦਾਰ ਜੀ ਇਹਨਾਂ ਨੂੰ ਤਾਂ ਮਾਰ ਗਏ ਉਹ, ਜਾਂ ਮੈਨੂੰ ਮਾਰ ਕੇ ਸਿੱਟ ਕੇ ਅਤੇ ਇਹਨਾਂ ਨੂੰ ਮਾਰ ਗਏ। ਅਸੀਂ ਨੇ ਬੈੱਲ ਵਜਾ ਕੇ ਜਦ ਉਹ ਕੀਤਾ, ਇਹਨਾਂ ਨੂੰ ਚੈੱਕ ਕੀਤਾ, ਇਹ ਕਹਿੰਦੇ ਵੀ ਠੀਕ ਹੈ। ਇਹ ਕਹਿੰਦੇ ਵੀ ਕੌਣ ਬੋਲਿਆ? ਮੈਂ ਸੁੱਖੀ ਅਤੇ ਸਰਦਾਰ ਜੀ ਹਾਂ, ਅਤੇ ਵੀ ਤੁਸੀਂ ਠੀਕ ਹੋ? ਇਹ ਕਹਿੰਦੇ ਠੀਕ ਹੈ। ਮੈਂ ਵੀ ਆ ਜਾ, ਉਹ ਕਹਿੰਦਾ ਵੀ ਜਿੰਦਾ ਤਾਂ ਉਹ ਨਹੀਂ। ਫਿਰ ਅਸੀਂ ਨੇ ਪੌੜੀ ਰਾਹੀਂ ਉੱਥੇ ਪੌੜੀ ਲਾ ਕੇ ਇਹਨਾਂ ਨੂੰ ਉਤਾਰਿਆ ਜੀ। ਫਿਰ ਅਸੀਂ ਨੇ ਸਰਦਾਰ ਦਾ ਫੋਨ ਲੈ ਕੇ, ਮੇਰਾ ਫੋਨ ਵੀ ਲੈ ਕੇ, ਪੈਸੇ ਵੀ ਲੈ ਕੇ, ਇਹਨਾਂ ਦਾ ਫੋਨ ਵੀ ਲੈ ਕੇ। ਅੱਜ ਤੁਹਾਡਾ ਕੀ ਨਾਮ? ਬਿਕਰਮਜੀਤ ਸਿੰਘ। ਬਿਕਰਮ ਜੀ, ਤੁਹਾਡੀ ਵਾਰਦਾਤ ਜਿਸ ਟਾਈਮ ਤੁਸੀਂ ਸੋ ਰਹੇ ਸੀ, ਇਹ ਬੰਦੇ ਇੰਟਰ ਇੱਥੋਂ ਕਰੇ ਤੁਸੀਂ ਦੱਸ ਰਹੇ ਹੋ? ਹਾਂਜੀ, ਕੰਧ ਟੱਪ ਗਏ ਜੀ। ਕੰਧ ਟੱਪ ਕੇ, ਅਤੇ ਕਿੰਨੇ ਕੁ ਬੰਦੇ ਹੋਣੇ? ਬੰਦੇ 10 ਤੋਂ ਵੱਧ ਸੀਗੇ ਜੀ। ਕਿੰਨਾ ਕੁ ਸਮਾਨ ਲੈ ਗਏ ਤੁਹਾਡਾ? ਸਮਾਨ ਜੀ ਕਰਦੇ ਜੀ 14-15 ਲੱਖ ਦਾ ਨੁਕਸਾਨ। ਡੋਲਰ ਵਗੈਰਾ ਵੀ ਲਏ ਹੋਏ? ਡੋਲਰ ਲੱਗੇ ਜੀ। ਪਰਿਵਾਰ ਤੁਹਾਡਾ ਕਿੱਥੇ ਬਾਹਰ ਰਹਿੰਦਾ ਹੈ? ਪਰਿਵਾਰ ਸਾਰਾ ਬਾਹਰ ਹੈ ਜੀ। ਅਤੇ ਹੁਣ ਸੱਕ ਜਿਹੜਾ ਤੁਹਾਡਾ ਨੌਕਰ ਨਾਣੀ ਦੇ ਕੰਮ ਕਰ ਰਹੀ ਸੀ? ਹਾਂਜੀ, ਉਹਨੇ ਦਰਵਾਜ਼ੇ ਖੋਲ੍ਹੇ ਨੇ ਜੀ ਰਾਤ ਨੂੰ। ਰਾਤ ਨੂੰ ਇੱਥੇ ਰਹਿੰਦੀ ਤੁਹਾਡੇ ਕੋਲ? ਉਹ ਜੀ ਸਾਡੇ ਪਿੱਛੋਂ ਪਿੰਡ ਦੀ ਹੈ, ਹੁਣ ਹੀ ਆਈ ਸੀ ਸਾਡੇ ਕੋਲ, ਆਪਣਾ 1 ਮਹੀਨਾ ਹੋ ਗਿਆ ਜੀ। ਤੁਹਾਡੇ ਪਿੰਡ ਵੈਸੇ ਕਿਹੜਾ? ਪਿੰਡ ਮੂਮੀਆਂ ਜੀ। ਅੱਛਾ, ਹਾਂਜੀ। ਅਤੇ 1 ਮਹੀਨਾ ਹੋ ਗਿਆ ਜੀ ਉਹਨੂੰ ਇੱਥੇ ਰਹਿ ਰਹੀ ਸੀ? ਇੱਥੇ ਰਹਿ ਰਹੀ ਸੀ, ਕੰਮ ਕਾਰ ਕਰਦੀ ਸੀ, ਮੇਰੇ ਘਰੋਂ ਬਿਮਾਰ ਰਹਿੰਦੇ ਨੇ ਤਾਂ ਕਰਕੇ ਅਸੀਂ ਜੀ। ਮੈਂ ਤਾਂ ਕਹਿੰਦਾ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ, ਬਹੁਤ ਹੀ ਨਿੰਦਣਯੋਗ ਹੈ। ਅਤੇ ਬਾਕੀ ਕੀ ਭਰੋਸਾ ਕਰਾਂਗੇ ਹੁਣ ਅਸੀਂ, ਜਿਹੜਾ ਹੁਣ ਆਪਾਂ ਰੱਖਣੇ ਆ ਕੰਮ ਧੰਦੇ ਵਾਸਤੇ, ਝਾੜੂ ਪੋਚੇ ਵਾਸਤੇ ਕੋਈ ਘਰੇ, ਕੀ ਵਿਸ਼ਵਾਸ ਰਹਿ ਗਿਆ ਜੀ ਉਹਨਾਂ 'ਤੇ? ਬਿਲਕੁਲ, ਫਿਰ ਉਹੀ ਗੱਲ, ਘਰ ਦਾ ਭੇਤੀ ਲੰਕਾ ਢਾਏ, ਹੁਣ ਘਰੇ ਹੀ ਵੜ ਕੇ ਅਤੇ ਐਡੀ ਵੱਡੀ ਵਾਰਦਾਤ ਕਰਵਾ ਲਈ, ਹੁਣ ਭਰਾ ਦੇ ਮਾਰੇ ਸਿਰ ਦੇ ਵਿੱਚ ਰੱਬੋ ਜੇ ਪਰਨਾ ਲਾਉਂਦਾ ਅਤੇ ਉਹ ਦਾਤ ਮਾਰਿਆ ਸੀ ਉਹਨਾਂ ਨੇ, ਇਹਦੇ ਕੁਛ ਵੀ ਹੋ ਸਕਦਾ ਸੀ। ਚਲੋ ਖਸਮਾਂ ਦਾ ਸਿਰਖਾ ਜਾਂ ਜਿਹੜਾ ਕੋਈ ਥੋੜ੍ਹਾ ਬਹੁਤਾ ਕਰੰਸੀ ਵਗੈਰਾ, ਇਹਦੇ ਤਾਂ ਜੇ ਇਹ ਬੰਦਾ ਹੀ ਸਾਡਾ ਨੁਕਸਾਨ ਹੈ ਜਾਂਦਾ ਤਾਂ ਫਿਰ ਸਾਡੇ ਪੱਲੇ ਗਿਰੀ। ਇਹ ਜੀ ਵਿਕਰਮਜੀਤ ਸਿੰਘ ਦਾ ਘਰ ਹੈ, ਇਹਨਾਂ ਦਾ ਪਰਿਵਾਰ ਜਿਹੜਾ ਬਾਹਰ ਰਹਿ ਰਿਹਾ, ਅਤੇ ਇਹਨਾਂ ਦੇ ਘਰ ਕੋਈ ਰਾਤ 8-10 ਬੰਦੇ ਜਿਹੜੇ ਐਂਟਰ ਕੀਤੇ ਆ, ਅਤੇ ਜੋ ਉਹਨਾਂ ਨੇ ਫਰੋਲਾ ਫਰੋਲੀ ਕੀਤੀ ਹੈ, ਅਤੇ ਇਹਨਾਂ ਦੇ ਘਰ ਜਿਹੜਾ ਕੋਈ ਸਮਾਨ ਸੀ ਉਹ ਲੈ ਗਏ ਆ। ਤੁਹਾਡੇ ਘਰ ਵੇ ਇਨਵੈਸਟੀਗੇਸ਼ਨ ਕੀ ਚੱਲ ਰਹੀ? ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਅਸੀਂ ਪ੍ਰੋਪਰ ਇਹਨੂੰ ਜਿਹੜੀ ਹੈ ਸਾਇੰਟੀਫਿਕ ਵੇ ਨਾਲ ਕਰ ਰਹੇ ਹਾਂ। ਜਿਹੜਾ ਟੈਕਨੀਕਲੀ ਸਕੋਡ ਸਾਡਾ ਆ ਗਿਆ, CIA ਸਟਾਫ ਵੀ ਆ ਗਿਆ, ਅਤੇ ਸਾਰੀ ਫੋਰਸ ਜਿਹੜੀ ਹੈ ਇਹ 'ਤੇ ਲੱਗੀ ਹੈ। ਸਾਨੂੰ ਕੁਛ ਕਲੂਜ਼ ਮਿਲੇ ਨੇ, ਅਸੀਂ ਇਹਨੂੰ ਜਿਹੜਾ ਜਲਦੀ ਹੱਲ ਕਰ ਲਾਂਗੇ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।